ਅੱਜ ਦੇ ਟਾਈਮ ਚ ਹਰ ਇੱਕ ਪੰਜਾਬੀ ਵਿਦੇਸ਼ ਜਾਣਾ ਚਾਹੁੰਦਾ ਹੈ। ਵਿਦੇਸ਼ ਦੀ ਧਰਤੀ ਤੇ ਬਹੁਤ ਸਾਰੇ ਪੰਜਾਬੀ ਗਏ ਤੇ ਬਹੁਤ ਸਾਰੇ ਪੰਜਾਬੀ ਵਧੀਆ ਤਰੀਕੇ ਨਾਲ ਸੈਟਲ ਹੋ ਗਏ। ਜਿੱਥੇ ਵਿਦੇਸ਼ ਨੇ ਪੰਜਾਬੀਆਂ ਨੂੰ ਖੁਸ਼ੀਆਂ ਦਿੱਤੀਆਂ, ਉੱਥੇ ਕਈ ਪੰਜਾਬੀਆਂ ਨੂੰ ਗਮ ਵੀ ਦਿੱਤੇ। ਇਹਨਾਂ ਵਿਦੇਸ਼ ਦੇ ਚੱਕਰਾਂ ਚ ਕਈ ਪੰਜਾਬੀਆਂ ਦੀ ਮੌਤ ਹੋ ਗਈ ਤੇ ਕਈਆਂ ਨੂੰ ਧੋਖੇ ਮਿਲੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਪੰਜਾਬੀ ਜਿਨ੍ਹਾਂ ਦੀਆਂ ਘਰ ਵਾਲੀਆਂ ਬਾਹਰ ਚਲੀਆਂ ਜਾਂਦੀਆਂ ਨੇ, ਉਹ ਫਿਰ ਉੱਧਰ ਜਾ ਕੇ ਉਹਨਾਂ ਨੂੰ ਭੁੱਲ ਜਾਂਦੀਆਂ ਨੇ। ਇੱਧਰ ਬੈਠੇ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਮੈਸੇਜ ਕਰਦੇ ਨੇ ਤੇ ਉਹ ਇਗਨੋਰ ਕਰਦੀਆਂ ਨੇ, ਬਲੌਕ ਕਰ ਦਿੰਦੀਆਂ ਨੇ ਤੇ ਲੱਖਾਂ ਰੁਪਏ ਲਾਏ ਆਪਣੇ ਘਰ ਵਾਲੇ ਦੇ ਭੁੱਲ ਜਾਂਦੀਆਂ ਨੇ। ਪਰ ਯਾਰ, ਉਹ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਆਹ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਵੀਰ ਦੀ ਘਰ ਵਾਲੀ ਕੈਨੇਡਾ ਗਈ ਸੀ। ਅਜੇ ਸਾਲ ਕੀ ਹੋਇਆ ਸੀ ਤੇ ਘਰ ਵਾਲੀ ਨੇ ਆਪਣੇ ਘਰ ਵਾਲੇ ਨੂੰ ਕੈਨੇਡਾ ਬੁਲਾ ਲਿਆ। ਫਿਰ ਜਦੋਂ ਏਅਰਪੋਰਟ ਤੇ ਖਲੋਤੀ ਉਸਦੀ ਵੇਟ ਕਰ ਰਹੀ ਸੀ ਤਾਂ ਜਦੋਂ ਹੀ ਘਰ ਵਾਲਾ ਆਉਂਦਾ ਹੈ ਤਾਂ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ। ਮਨ 'ਚ ਇੰਨੀ ਖੁਸ਼ੀ ਹੁੰਦੀ ਹੈ ਕਿ ਸਾਂਭੀ ਨਹੀਂ ਜਾਂਦੀ। ਫਿਰ ਭੱਜੀ ਹੀ ਆਪਣੇ ਘਰ ਵਾਲੇ ਵੱਲ ਜਾਂਦੀ ਹੈ ਤੇ ਉਸਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ। ਬਹੁਤ ਹੀ ਜ਼ਿਆਦਾ ਦੋਵੇਂ ਜਾਣੇ ਖੁਸ਼ ਹੁੰਦੇ ਨੇ। ਸੋ ਸਾਡੇ ਚੈਨਲ ਵੱਲੋਂ ਇਸ ਕਪਲ ਨੂੰ ਦਿਲ ਤੋਂ ਦੁਆਵਾਂ ਨੇ। ਸੋ ਤੁਸੀਂ ਵੀ ਇਸ ਕਪਲ ਦੇ ਲਈ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਇਹ ਵੀ ਜ਼ਰੂਰ ਦੱਸਿਓ ਵੀ ਤੁਹਾਡਾ ਕੀ ਸੁਪਨਾ ਹੈ, ਕਿ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਫਿਰ ਨਹੀਂ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਇਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।